जिंदाबाद 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 जिंदाबाद। यूथ अकाली दल दे वल्लों अज फिरोजपुर दे विच रोस मार्च कढ़िया गया है। विक्रमजीत सिंह मजीठिया के उपर परचा दर्ज हुंदा है ते लगातार श्रोमणी अकाली दल जिहड़ी है सरकार नूं घेरदी हुई नज़र आ रही हैगी है। तो अज भी जिहड़ा है रोस मार्च कढ़िया गया है। साडे नाल सुरेंद्र बब्बू मौजूद ने, यूथ के प्रधान हैगे, गलबात कर लैंदे हैगे। अज तुसीं की प्रोग्राम कीता है जिहड़ा रोस मार्च कढ़िया? अज असीं गवर्नर साहब नूं, पंजाब दे जो गवर्नर साहब ने, उन्हां नूं थ्रू डीसी साहब दे ਮਰਮੈਂਡਮ ਦੇਣ ਗਏ ਹਾਂ ਕਿ ਜਿਹੜਾ ਝੂਠਾ ਪਰਚਾ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ 'ਤੇ ਇਹਨਾਂ ਨੇ ਕੀਤਾ ਉਹਨੂੰ ਜਿਹੜਾ ਉਹ ਕੈਂਸਲ ਕੀਤਾ ਜਾਵੇ। ਕਿਵੇਂ ਦੇਖਦੇ ਹੈਗੇ ਉਹ ਜਿਹੜਾ ਇਹ ਪਰਚਾ ਦਰਜ ਹੋਇਆ? ਪਹਿਲੇ ਵੀ ਤੁਸੀਂ ਧਰਨਾ ਲਗਾਇਆ ਸੀ, ਵੱਡਾ ਇਕੱਠ ਕੀਤਾ ਸੀ ਅਤੇ ਅੱਜ ਵੀ ਤੁਸੀਂ ਰੋਸ ਮਾਰਚ ਕੱਢਿਆ ਹੈਗਾ। ਗੱਲ ਇਹ ਹੈ ਕਿ 17 'ਚ ਇਹਨਾਂ ਨੇ ਵਾਅਦੇ ਬਹੁਤ ਕੀਤੇ ਸੀ, ਪੂਰਾ ਕੋਈ ਕੀਤਾ ਨਹੀਂ। ਅੱਜ ਲੋਕਾਂ ਦਾ ਧਿਆਨ ਭਟਕਾਉਣ ਦੇ ਮਰੇ ਇਹਨਾਂ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ 'ਤੇ ਜਿਹੜਾ ਝੂਠਾ ਪਰਚਾ ਦਰਜ ਕੀਤਾ ਇਹਨਾਂ ਨੇ, ਕਿਉਂਕਿ ਕੋਈ ਮੁੱਦਾ ਇਹਨਾਂ ਕੋਲ ਹੈ ਨਹੀਂ ਜਿਹੜਾ ਲੋਕਾਂ ਦੇ ਵਿੱਚ ਜਾ ਸਕਣ। ਔਰ ਲੋਕਾਂ ਨੇ ਇਹਨਾਂ ਤੋਂ ਜਵਾਬ ਹੁਣ ਮੰਗਣੇ ਨੇ ਕਿ ਜਿੰਨੇ ਵਾਅਦੇ ਕੀਤੇ ਸੀ ਉਹ ਕਿੱਥੇ ਨੇ? ਅੱਜ ਹੁਣ ਜਵਾਬ ਦੇਣ ਜੋਗੇ ਹੈ ਨਹੀਂ ਨੇ। ਅਤੇ ਲੋਕਾਂ ਨੂੰ ਮੁੱਦਿਆਂ ਤੋਂ ਹਟਾਉਣ ਲਈ ਸਿਰਫ ਸਰਦਾਰ ਆਪਣਾ ਬਿਕਰਮ ਸਿੰਘ ਮਜੀਠੀਆ ਸਾਹਿਬ 'ਤੇ ਇਹਨਾਂ ਨੇ ਪਰਚਾ ਦਰਜ ਕੀਤਾ। ਹੁਣ ਅਗਲੀ ਰਣਨੀਤੀ ਕੀ ਹੈਗੀ ਹੈ ਕਿ ਦੇਖਿਆ ਜਾਵੇ ਤਾਂ ਹੁਣ ਮਜੀਠੀਆ ਸਾਹਿਬ ਨੂੰ ਲੱਭਣ ਵਾਸਤੇ ਪੁਲਿਸ ਵੀ ਲੱਗੀ ਹੋਈ ਹੈ, ਨੋਟਿਸ ਵੀ ਜਾਰੀ ਹੋਇਆ ਹੋਇਆ, ਤਾਂ ਕਿੱਦਾਂ ਦੇਖਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਨੂੰ? ਸਰਕਾਰ ਸਿਰਫ ਧਿਆਨ ਹਟਾਉਣ ਲਈ ਇੰਨਾ ਜ਼ੋਰ ਲਾਈ ਜਾ ਰਹੀ ਹੈ ਕਿ ਲੋਕਾਂ ਦਾ ਧਿਆਨ ਹੀ ਸਿਰਫ ਉੱਧਰ ਰਹਿ ਜਾਵੇ। ਪਰ ਮਾਨਯੋਗ ਹਾਈ ਕੋਰਟ ਦੇ ਵਿੱਚ ਅਪੀਲ ਜਾਰੀ ਹੈ, ਸਾਡੀ ਅਰਜ਼ੀ ਲੱਗੀ ਹੋਈ ਹੈ। 5 ਤਰੀਕ ਨੂੰ ਛੁੱਟੀਆਂ ਦੇ ਕਾਰਨ ਜਿਹੜੀ ਹੈ ਉਹ ਸੁਣਵਾਈ 5 ਤਰੀਕ ਨੂੰ ਕੀਤੀ ਗਈ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਤ ਸਿੰਘ ਬੰਟੀ ਰੋਮਾਨਾ ਜੀ, ਜੋ ਵੀ ਹੁਕਮ ਸਾਨੂੰ ਯੂਥ ਨੂੰ ਕਰਨਗੇ ਅਸੀਂ ਡਟ ਕੇ ਜਿਹੜਾ ਉਸ ਦੇ ਹੁਕਮ 'ਤੇ ਪਹਿਰਾ ਦੇਵਾਂਗੇ। ਤੁਹਾਨੂੰ ਲੱਗਦਾ ਹੈਗਾ ਕਿ ਜਿਹੜੀਆਂ ਚੋਣਾਂ ਹੈਗੀਆਂ ਇਹਦੇ ਵਿੱਚ ਅਸਰ ਪਊਗਾ ਇਸ ਚੀਜ਼ ਦਾ? ਲੋਕ ਬਹੁਤ ਸਿਆਣੇ ਆ ਜੀ, ਕਿਉਂਕਿ ਆਪਾਂ ਨੂੰ ਦੇਖਣਾ ਚਾਹੀਦਾ ਇਹਦੇ ਫੈਕਟਸ ਕੀ ਨੇ। ਜਿਹੜੇ ਫੈਕਟਸ ਨੇ, 5-6 ਏਜੰਸੀਆਂ ਨੇ ਇਨਵੈਸਟੀਗੇਸ਼ਨ ਕੀਤੀ ਹੈ, ਈਵਨ ਸੈਂਟਰਲ ਏਜੰਸੀਜ਼ ਨੇ ਵੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਹੈ, ਕਿਤੇ ਵੀ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਨਾਮ ਨਹੀਂ ਹੈਗਾ। ਫਿਰ 10 ਵਾਰ ਜਿਹੜੇ ਹੈ ਚਲਾਨ ਪੇਸ਼ ਹੋ ਚੁੱਕੇ ਨੇ ਕੋਰਟ ਦੇ ਵਿੱਚ, ਕਿਤੇ ਵੀ ਨਾਮ ਨਹੀਂ ਹੈਗਾ। ਇੰਨੇ ਸਾਲ ਹੋ ਗਏ ਨੇ, ਅੱਜ ਇਹਨਾਂ ਨੇ ਸਿਰਫ ਆਪਦਾ, ਕਾਂਗਰਸ ਨੇ ਲਾਹਾ ਲੈਣ ਲਈ 2022 ਦੀਆਂ ਚੋਣਾਂ ਨੇੜੇ ਨੇ, ਸਿਰਫ ਆਪਦਾ ਫਾਇਦਾ ਲੈਣ ਲਈ ਜਿਹੜਾ ਸਰਦਾਰ ਬਿਕਰਮ ਸਿੰਘ ਮਜੀਠੀਆ 'ਤੇ ਜਿਹੜਾ ਝੂਠੀ FIR ਕੀਤੀ, ਪਰ ਇਹਨਾਂ ਨੂੰ ਲਾਹਾ ਨਹੀਂ ਮਿਲਣਾ ਕਿਉਂਕਿ ਲੋਕ ਬਹੁਤ ਜ਼ਿਆਦਾ ਸਿਆਣੇ ਨੇ। ਹੁਣ ਅਗਲਾ ਕੀ ਸਟੈਪ ਹੈਗਾ ਤੁਹਾਡਾ? ਜੋ ਵੀ ਹੁਕਮ ਪਾਰਟੀ ਕਰੇਗੀ ਜੀ, ਪ੍ਰਧਾਨ ਸਾਹਿਬ ਜੋ ਹੁਕਮ ਕਰਨਗੇ, ਡਟ ਕੇ ਜਿਹੜਾ ਯੂਥ ਅਕਾਲੀ ਦਲ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਜਿਹੜਾ ਪਹਿਰਾ ਦੇਣਗੇ ਨਾਲ। ਬਿਲਕੁਲ, ਤਸਵੀਰ ਤੁਸੀਂ ਦੇਖ ਸਕਦੇ ਹੈਗੇ ਹੋ, ਵੀ ਸਪੋਰਟ ਬਿਕਰਮਜੀਤ ਸਿੰਘ ਮਜੀਠੀਆ, ਇਹ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਜਿਹੜੇ ਆਗੂ ਹੈਗੇ ਨੇ ਉਹ ਨੇ ਹੱਥਾਂ ਦੇ ਵਿੱਚ ਤਖਤੀਆਂ ਫੜੀਆਂ ਹੋਈਆਂ ਅਤੇ ਅੱਜ ਵੱਡਾ ਇਕੱਠ ਕਰਕੇ ਜਿਹੜਾ ਰੋਸ ਮਾਰਚ ਕੱਢਿਆ ਗਿਆ ਹੈਗਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੋਲ। ਅਤੇ ਸੁਰਿੰਦਰ ਸਿੰਘ ਬੱਬੂ ਦਾ ਕਹਿਣਾ ਹੈਗਾ ਕਿ ਅਸੀਂ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਆ, ਇਹ ਜਿਹੜੀ ਸਿਆਸਤ ਕਰਕੇ ਜਿਹੜਾ ਇਹਨਾਂ ਨੇ ਜਿਹੜਾ ਪਰਚਾ ਦਰਜ ਕੀਤਾ ਹੈਗਾ। ਕੈਮਰਾ ਪਰਸਨ ਰਿਸ਼ ਦੇ ਨਾਲ ਸਨੀ ਚੋਪੜਾ, ਜਗਬਾਣੀ TV, ਫਿਰੋਜ਼ਪੁਰ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ TV ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।